ਦੇਖੋ ਇਸ ਸਮੇਂ ਆਪਾਂ ਦਾਣਾ ਮੰਡੀ ਲੌਂਗੋਵਾਲ ਕਸਬੇ ਦੇ ਵਿੱਚ ਖੜ੍ਹੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ 13 ਫਰਵਰੀ ਦਿੱਲੀ ਚੱਲੋ ਦਾ ਸੁਨੇਹਾ ਪਿੰਡ ਪਿੰਡ ਲੈ ਕੇ ਜਾਣ ਲਈ, ਅੱਜ ਦਾ ਦਿਨ BKU ਏਕਤਾ ਆਜ਼ਾਦ ਵੱਲੋਂ ਟਰੈਕਟਰ ਮਾਰਚ ਲਗਭਗ 1 ਦਰਜਨ ਪਿੰਡਾਂ 'ਚ ਕਰਨਾ ਹੈਗਾ। ਵੱਡੀ ਗਿਣਤੀ ਟਰੈਕਟਰ ਨੇ ਜਿਹੜੇ ਪਹੁੰਚ ਚੁੱਕੇ ਨੇ ਅਤੇ ਹੋਰ ਟਰੈਕਟਰ ਆ ਰਹੇ ਨੇ। ਸੋ ਇਹ ਅਸੀਂ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਪਿੰਡ ਪਿੰਡ ਜਾ ਕੇ ਇਹ ਸੁਨੇਹਾ ਲਾਉਣਾ ਕਿ ਦਿੱਲੀ ਦੀਆਂ ਤਿਆਰੀਆਂ ਢਿੱਲੀਆਂ ਨਹੀਂ ਰਹਿਣੀਆਂ ਚਾਹੀਦੀਆਂ। ਵੱਡੀ ਗਿਣਤੀ ਦੇ ਵਿੱਚ ਦਿੱਲੀ ਕੂਚ ਕਰੋ, ਦੇ ਵਿੱਚ ਸਾਰੇ ਪਿੰਡ ਪਿੰਡ ਆਪਦੀ ਤਿਆਰੀ ਕਰਕੇ ਰਾਸ਼ਨ ਲੈ ਕੇ ਲੰਗਰਾਂ ਦਾ ਦੁੱਧ ਪਾਣੀ ਦਾ ਪ੍ਰਬੰਧ ਕਰਕੇ ਪੂਰੀਆਂ ਤਰਪਾਲਾਂ ਸਜਾ ਕੇ ਲੱਕੜ ਤਿੰਬੜ ਦਾ ਪ੍ਰਬੰਧ ਕਰਕੇ ਉਹ ਦਿੱਲੀ ਵੱਲ ਨੂੰ ਤੁਰਨ ਪੱਕੇ ਪੈਰੀ ਹੋ ਕੇ, ਕਿਉਂਕਿ ਜਦੋਂ ਮੋਰਚੇ ਮੱਲੇ ਜਾਂਦੇ ਹੈ ਤਾਂ ਪੂਰੀ ਤਿਆਰੀ ਨਾਲ ਮੱਲੇ ਜਾਂਦੇ ਹੈ। ਸੋ ਇਸ ਕਰਕੇ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ 2024 ਦੀ ਇਲੈਕਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ 'ਤੇ ਜਿੰਨਾ ਦਬਾਅ ਬਣਾ ਸਕਦੇ ਨੇ ਕਿਸਾਨ ਮਜ਼ਦੂਰ ਉਹ ਬਣਾਉਣ, ਕਿਉਂਕਿ ਲੰਬੇ ਸਮੇਂ ਤੋਂ ਸਾਡੇ ਨਾਲ ਰਾਜ ਕਰਦੀਆਂ ਸਰਕਾਰਾਂ ਹੈਰਾਨ ਕਰਦੀਆਂ ਆਈਆਂ ਨੇ, ਸਾਡੀਆਂ ਮੰਗਾਂ ਨੂੰ ਰੋਲਦੀਆਂ ਆਈਆਂ ਨੇ, ਉਹ ਪ੍ਰਾਪਤ ਕਰਨ ਲਈ ਅਸੀਂ ਕੋਈ ਵੀ ਕਸਰ ਨਹੀਂ ਛੱਡਾਂਗੇ, ਯਤਨ ਕਰਾਂਗੇ। ਕੀ ਲੱਗਦਾ ਕਿ ਜੇਕਰ ਮਾਹੌਲ ਉੱਤੇ ਤਣਾਅਪੂਰਨ ਬਣਦੇ ਨੇ, ਕਿਉਂਕਿ ਦਿੱਲੀ ਦੇ ਵਿੱਚ ਵੀ ਹਰਿਆਣੇ ਦੇ ਜਿਹੜੇ ਬਾਰਡਰ ਨੇ ਉਹਨਾਂ 'ਤੇ ਤਿਆਰੀਆਂ ਪੂਰੀਆਂ ਨੇ? ਦੇਖੋ ਸਰਕਾਰ ਦਾ ਕੰਮ ਹੁੰਦਾ ਆਪਦੀਆਂ ਤਿਆਰੀਆਂ ਕਰਨਾ, ਸਰਕਾਰ ਆਪਣੀਆਂ ਤਿਆਰੀਆਂ ਕਰ ਰਹੀ, ਅਸੀਂ ਆਪਣੀਆਂ ਤਿਆਰੀਆਂ ਕਰ ਰਹੇ ਹਾਂ, ਪਰ ਇਹ ਸਾਨੂੰ ਵਿਸ਼ਵਾਸ ਹੈ ਵੀ ਲੋਕਾਂ ਦੇ ਨਾਲ ਜੇ ਸਰਕਾਰਾਂ ਭਿੜਨਗੀਆਂ ਨਾ ਤਾਂ ਲੋਕ ਜਿੱਤਦੇ ਹੁੰਦੇ ਆ, ਸਰਕਾਰਾਂ ਹਾਰਦੀਆਂ ਹੁੰਦੀਆਂ। ਤਾਂ ਆਜ਼ਾਦ ਜਥੇਬੰਦੀ ਕਿੱਡੀ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੀ ਜਾ ਰਹੀ ਹੈਗੀ? ਦੇਖੋ ਆਜ਼ਾਦ ਜਥੇਬੰਦੀ ਮੈਂ ਕਹਿ ਸਕਦਾ BKU ਏਕਤਾ ਆਜ਼ਾਦ ਦੀ ਲਗਭਗ ਅਸੀਂ ਕਹਿ ਸਕਦੇ ਹਾਂ ਕਿ 350-350 ਪਿੰਡ 'ਚ ਅਸੀਂ ਪਹੁੰਚ ਕੀਤੀ ਹੈਗੀ ਹੈ, ਜਿਨ੍ਹਾਂ 'ਚ ਅਸੀਂ ਪਹੁੰਚ ਕੀਤੀ ਹੈ। ਲਗਭਗ ਹੋਰ ਪਿੰਡਾਂ 'ਚੋਂ ਵੀ ਸਾਡੇ ਕੋਲ ਫੋਨ ਆ ਰਹੇ ਨੇ, ਵੱਡੀ ਗਿਣਤੀ ਨੌਜਵਾਨੀ ਸਾਡੇ ਸੰਪਰਕ 'ਚ ਹੈ ਜਿਨ੍ਹਾਂ ਦੇ ਫੋਨ ਆ ਰਹੇ ਨੇ ਕਿ ਅਸੀਂ ਦਿੱਲੀ ਚੱਲਾਂਗੇ। ਸਾਨੂੰ ਲੱਗਦਾ ਹੈ ਵੀ ਹਜ਼ਾਰਾਂ ਟਰਾਲੀ ਤੁਹਾਨੂੰ ਉਸ ਦਿਨ ਦਿੱਲੀ ਵੱਲ ਨੂੰ ਜਾਂਦੀ ਸੜਕਾਂ 'ਤੇ ਦੇਖਣ ਨੂੰ ਮਿਲੂਗੀ। ਇਹਦੀਆਂ 2 ਦਿਨਾਂ ਦੇ ਵਿੱਚ ਵਿੱਚ ਰਿਪੋਰਟਾਂ ਸਾਡੇ ਕੋਲ ਆ ਜਾਣਗੀਆਂ ਕਿ ਕਿੰਨੀਆਂ ਟਰਾਲੀਆਂ, ਕਿੰਨੇ ਟਰੈਕਟਰ, ਕਿੰਨੇ ਪਿੰਡ ਨੇ ਜਿਹੜੇ ਦਿੱਲੀ ਨੂੰ ਜਾ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਤਾਂ 250 ਜਥੇਬੰਦੀ ਹੈ BKU ਏਕਤਾ ਆਜ਼ਾਦ ਵਰਗੀ, ਤਾਂ ਲਗਭਗ ਜਿਹੜੀਆਂ ਦਿੱਲੀ ਪਹੁੰਚਣਾ, ਹਜ਼ਾਰਾਂ ਗਿਣਤੀ ਤੁਸੀਂ ਕਿਸਾਨ ਮਜ਼ਦੂਰ ਦਿੱਲੀ ਦੀਆਂ ਬਰੂਹਾਂ 'ਤੇ ਦੇਖੋਗੇ। ਮੇਰਾ ਨਾਮ ਕੁਲਵਿੰਦਰ ਸੋਨੀ ਲੌਂਗੋਵਾਲ। ਕੁਲਵਿੰਦਰ ਜੀ, ਅੱਜ ਕਿਸ ਸੰਬੰਧ ਦੇ ਵਿੱਚ ਜਿਹੜਾ ਟਰੈਕਟਰ ਮਾਰਚ? ਅੱਜ ਇਹ ਦਿੱਲੀ ਦੀ ਤਿਆਰੀ ਆ, ਵੱਡੀ ਤਿਆਰੀ ਆ। 2 ਫਾਰਮਾਂ ਵੱਲੋਂ ਵੱਡਾ ਐਲਾਨ ਹੋਇਆ ਕਿ 13 ਤਰੀਕ ਨੂੰ ਦਿੱਲੀ ਕੂਚ ਕਰਨਾ। ਜਿਹੜੀ ਮੋਦੀ ਸਰਕਾਰ ਸਾਡੀਆਂ ਮੰਗਾਂ ਨੂੰ ਦੱਬੀ ਬੈਠੀ ਆ, ਰਹਿੰਦੀਆਂ ਪੁਰਾਣੇ ਦਿੱਲੀ ਅੰਦੋਲਨ ਦੀਆਂ ਮੰਗਾਂ ਨੂੰ ਉਹਨਾਂ ਨੇ ਦੱਬ ਕੇ ਰੱਖਿਆ ਹੋਇਆ, ਉਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ 13 ਤਰੀਕ ਨੂੰ ਵੱਡੀ ਲਾਮਬੰਦੀ ਲਈ ਹੈ, ਚੁੱਲ੍ਹੇ ਚੁੱਲ੍ਹੇ ਤੱਕ ਗੱਲ ਪਹੁੰਚਾਉਣ ਦੇ ਲਈ ਅੱਜ ਸਾਡੇ ਨੌਜਵਾਨ ਸੜਕਾਂ ਦੇ ਉੱਪਰ ਨਿਕਲੇ ਹੋਏ ਨੇ। ਅੱਜ ਇਹ ਸੰਗਰੂਰ ਦੇ ਵਿੱਚ ਵੱਡਾ ਟਰੈਕਟਰ ਮਾਰਚ 13 ਦੀ ਦਿੱਲੀ ਤਿਆਰੀ ਲਈ ਕੀਤਾ ਜਾ। ਅੱਜ ਇਹ ਕਰੀਬ 150-200 ਟਰੈਕਟਰ ਆ, ਜਿਹੜਾ 200 ਦੇ ਕਰੀਬ ਟਰੈਕਟਰ ਅੱਜ ਸੰਗਰੂਰ ਦੇ ਪਿੰਡਾਂ ਦੇ ਵਿੱਚ 40-45 ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਅਸੀਂ ਲੈ ਕੇ ਜਾਣਾ। ਇਸੇ ਤਰ੍ਹਾਂ ਪੜਾਵ ਆਇਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਟਰੈਕਟਰ ਮਾਰਚ ਨੇ ਉਹ ਕੀਤੇ ਜਾਣੇ ਨੇ। 13 ਫਰਵਰੀ ਨੂੰ ਪੂਰੇ ਪੰਜਾਬ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਦਾ ਵੱਡਾ ਜ਼ੋਰ ਲੱਗਿਆ ਹੋਇਆ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੱਡਾ ਜ਼ੋਰ ਲੱਗਿਆ, ਹੋਰ ਸਾਰੇ ਸੂਬਿਆਂ ਦੇ ਵਿੱਚੋਂ ਵੱਡੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ 13 ਦਾ ਦਿੱਲੀ ਕੂਚ ਕਰਨਗੀਆਂ, ਕਿਉਂਕਿ ਪੰਜਾਬ ਦੇ ਲੋਕਾਂ ਦੀ ਹੋਂਦ ਦੀ ਗੱਲ ਹੈ, ਸਾਡੀ ਜ਼ਮੀਨ ਦੀ ਗੱਲ ਹੈ, ਜ਼ਮੀਨਾਂ ਨੂੰ ਬਚਾਉਣ ਦੀ ਗੱਲ ਹੈ। ਸੋ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ 13 ਤਰੀਕ ਨੂੰ ਦਿੱਲੀ ਵੱਲ ਚਾਲੇ ਪਾਉਣ।